जेकर तुसी किसी ढाबे या होटल विच रोटी खाण जा रहे हो तो जरा सावधान हो जाओ क्योंकि मामला तुहाडी सेहत नाल जुड़िया है। ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਜਗਰਾਉਂ ਨੇੜੇ ਇੱਕ ਮਸ਼ਹੂਰ ਰੈਸਟੋਰੈਂਟ ਪ੍ਰਕਾਸ਼ ਢਾਬੇ ਦੇ ਵਿੱਚ ਗਾਹਕਾਂ ਨੂੰ ਪਰੋਸੇ ਗਏ ਚਿਕਨ ਵਿੱਚ ਚੂਹਾ ਮਿਲਿਆ। ਦੱਸ ਦਈਏ ਕਿ ਇਹ ਵੀਡੀਓ ਲੁਧਿਆਣਾ ਦੇ ਪ੍ਰਕਾਸ਼ ਢਾਬੇ ਦੀ ਹੈ ਜਿੱਥੇ ਚਿਕਨ ਖਾ ਰਹੇ ਵਿਅਕਤੀ ਉਸ ਵੇਲੇ ਹੈਰਾਨ ਰਹਿ ਗਿਆ ਤੇ ਉਹਨਾਂ ਦੇ ਮੂੰਹ ਚੋਂ ਬੁਰਕੀਆਂ ਬਾਹਰ ਨਿਕਲ ਆਈਆਂ ਜਦੋਂ ਚਿਕਨ ਦੇ ਵਿੱਚੋਂ ਚੂਹਾ ਮਿਲਿਆ। ਇਸ ਦੌਰਾਨ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਰੋਟੀ ਖਾਣ ਆਏ ਲੋਕਾਂ ਨੇ ਕਿਹਾ ਕਿ ਉਹ ਰੋਟੀ ਖਾਣ ਆਏ ਨੇ ਨਾ ਕਿ ਆਪਣੀ ਮੌਤ ਨੂੰ ਸੱਦਾ ਦੇਣ। ਜਿਹੜਾ ਚੂਹਾ ਚਿਕਨ ਦੇ ਵਿੱਚ ਤੈਰਦਾ ਦਿਖਾਈ ਦੇ ਰਿਹਾ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਵਿਭਾਗ ਵੀ ਹਰਕਤ ਦੇ ਵਿੱਚ ਆ ਗਿਆ ਤੇ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ। ਭਾਈ ਜੋ ਸਾਡੇ ਨਾਲ ਉਹ ਗਲਤ ਹੋਇਆ ਉਹ ਬਹੁਤ ਜ਼ਿਆਦਾ ਪਹਿਲੇ ਤਾਂ ਭਾਜੀ ਸਾਨੂੰ ਅੱਧਾ ਘੰਟਾ ਟੇਬਲ ਨਹੀਂ ਮਿਲਿਆ, ਅੱਧਾ ਘੰਟਾ ਸਾਨੂੰ ਪਾਣੀ ਨਹੀਂ ਮਿਲਿਆ, ਠੀਕ ਹੈ ਠੀਕ ਹੈ। ਫਿਰ ਸਾਡਾ ਆਰਡਰ ਆਇਆ 2 ਘੰਟੇ ਬਾਅਦ, 2 ਘੰਟੇ ਬਾਅਦ 3 ਗਲਾਸ ਮਿਲੇ ਨੇ, ਅਸੀਂ 4 ਮੈਂਬਰ ਹੈਗੇ ਆ, ਗਲਾਸ ਵੀ ਤੇ ਫਿਰ ਤੁਸੀਂ ਸਾਨੂੰ ਉਲਟਾ ਚੂਹਾ ਖਵਾ ਰਹੇ ਹੋ। ਨਹੀਂ ਵੀਰੇ ਸਾਡੇ ਕਿਸੇ ਨੂੰ ਕੁਛ ਹੋ ਜਾਂਦਾ ਉਹਦਾ ਜ਼ਿੰਮੇਦਾਰ ਸੀਗੇ ਤੁਸੀਂ? ਨਹੀਂ ਨਹੀਂ ਤੁਸੀਂ ਆਪ ਦੱਸੋ ਤੁਸੀਂ ਜ਼ਿੰਮੇਦਾਰ ਹੋ। ਉਧਰ ਹੀ ਦੂਜੇ ਪਾਸੇ ਜਲੰਧਰ ਦੇ ਮਸ਼ਹੂਰ ਦੀਨਾਨਾਥ ਛੋਲੇ ਕੁਲਚੇ ਵਾਲਿਆਂ ਕੋਲੋਂ ਵੀ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਇੱਕ ਨੌਜਵਾਨ ਸਵੇਰੇ ਖਾਣਾ ਖਾਣ ਗਿਆ ਤਾਂ ਉਸਦੇ ਵਿੱਚੋਂ ਵੀ ਕਾਕਰੋਚ ਨਿਕਲਿਆ। ਪਹਿਲਾਂ ਤਾਂ ਉਸਨੇ ਇਲਾਇਚੀ ਸਮਝ ਕੇ ਉਸ ਨੂੰ ਸਾਈਡ ਕੀਤਾ ਪਰ ਬਾਅਦ ਵਿੱਚ ਜਦੋਂ ਦੇਖਿਆ ਤਾਂ ਉਹ ਕਾਕਰੋਚ ਸੀ। ਜੀ ਹਾਂ, ਆਓ ਇਸ ਵੀਡੀਓ ਤੇ ਵੀ ਪਾਉਂਦੇ ਹਾਂ ਇੱਕ ਨਜ਼ਰ। ਹੁਣ ਭਾਜੀ ਕਹਿੰਦਾ ਕਿ ਆਪਾਂ ਸਾਫ ਲੈ ਕੇ ਆਏ ਸਵੇਰੇ, ਸਾਰਾ ਮੇਰੇ ਕੋਲ ਜਿੰਨੇ ਵੀ ਜਾਣੇ ਸੀਗੇ ਪੈਰੀ ਪੈਂਦੇ ਸੀਗੇ ਕਿ ਭਾਜੀ ਨਹੀਂ ਗਲਤੀ ਹੋ। ਭਾਜੀ ਇਹ ਅਰਾਊਂਡ 10-10:30 ਵਜੇ ਦੀ ਗੱਲ, 10:30 ਵਜੇ ਦੀ ਗੱਲ ਹੋਣੀ ਤੇ ਭਾਜੀ ਇਹਨਾਂ ਨੇ ਦੀਨਾਨਾਥ ਬੁਲਾ ਕੇ ਬੰਦਾ ਬੁਲਾਇਆ, ਉਹ ਮੈਨੂੰ ਕਹਿੰਦਾ ਕਹਿੰਦਾ ਤੂੰ ਕੌਣ ਆ? ਮੈਂ ਉਹਨੂੰ ਆਪਣਾ ਕਾਰਡ ਦਿਖਾਇਆ ਕਿ ਮੈਂ ਵੀ ਪ੍ਰੈਸ ਵੱਲੋਂ ਹਾਂ, ਆਹ ਦੇਖ ਕਹਿੰਦਾ, ਮੈਂ ਕਿਹਾ ਤੇਰਾ ਵਜੂਦ ਕੀ? ਕਹਿੰਦਾ ਮੈਂ ਵਿਹਲਾ ਆ। ਉਹ ਭਾਜੀ ਮੈਨੂੰ ਉਹਨੇ ਮੈਨੂੰ ਧੱਕਾ ਮਾਰਿਆ, ਮੈਂ ਉਹਦੀ ਗਰਦਨ ਫੜੀ, ਇਹਦਾ ਸ਼ਰਟ ਫੜੀ, ਉਹ ਮੈਨੂੰ ਹੱਥ ਪਾਈ ਹੋ ਗਿਆ, ਆਹ ਦੇਖ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।